ਦੱਸਣ ਵੀ ਕਦੋਂ ਇਹਦੇ ਤੇ ਸਿੱਟ ਬਣਾ ਕੇ ਤੇ ਇਹਨੂੰ ਕੰਕਲੂਡ ਕੀਤਾ ਜਾ ਸਕਦਾ? ਕੋਈ ਮੰਤਰੀ ਜੀ ਕੋਈ ਟਾਈਮ ਫਰੇਮ, ਕੋਈ ਵੱਖਰੀ ਸਪੈਸ਼ਲ ਸਿੱਟ ਦੇ ਟਾਈਮ ਫਰੇਮ ਦੀ ਉਹਨਾਂ ਨੇ ਗੱਲ ਪੁੱਛੀ? ਆਨਰੇਬਲ ਸਪੀਕਰ ਸਾਹਿਬ, ਮੈਂ ਇਹ ਦੱਸਣਾ ਚਾਹਾਂਗੀ ਕਿ ਵਿਜੀਲੈਂਸ ਸੈੱਲ ਤੇ ਸਕਰੂਟਨੀ ਕਮੇਟੀ ਆਪਣੇ ਲੈਵਲ ਤੇ ਬਹੁਤ ਵਧੀਆ ਕੰਮ ਕਰ ਸਕਦੇ ਨੇ। ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਪ੍ਰੈਲ 2023 ਚ ਕੰਮ ਸ਼ੁਰੂ ਕੀਤਾ ਸੀ ਔਰ ਅਸੀਂ 23 ਸਰਟੀਫਿਕੇਟ ਜਿਹੜੇ ਕੈਂਸਲ ਕੀਤੇ, FIR ਵੀ ਕੀਤੀਆਂ। ਪਰ ਦੁੱਖ ਦੀ ਗੱਲ ਹੈ ਕਿ ਉਸ ਤੋਂ ਪਹਿਲਾਂ ਜੋ ਹੋਇਆ ਪਿਛਲੀ ਸਰਕਾਰ ਦੌਰਾਨ ਸਿਰਫ 7 ਸਰਟੀਫਿਕੇਟ ਹੀ ਕੈਂਸਲ ਕੀਤੇ ਗਏ। ਸੋ ਕੰਪੈਰੀਜ਼ਨ ਕੀਤਾ ਜਾ ਸਕਦਾ ਹੈ ਉਹੀ ਕਮੇਟੀਆਂ ਨੇ ਔਰ ਕੰਮ ਕਰਨ ਚ ਕਿੰਨਾ ਅੰਤਰ ਹੈ। ਕਮੇਟੀਆਂ ਹੈਗੀਆਂ ਔਰ ਕੰਮ ਕਰ ਰਹੀਆਂ ਜੀ। ਥੈਂਕ ਯੂ ਮਨਜੀਤ ਜੀ, ਤੁਸੀਂ ਮਨਜੀਤ ਸਿੰਘ ਬਿਲਾਸਪੁਰ ਜੀ। ਬਹੁਤ ਬਹੁਤ ਧੰਨਵਾਦ ਜੀ। ਸਰ, ਬਹੁਤ ਸਾਰੇ ਮਾਮਲੇ ਪਿਛਲੇ ਦਿਨਾਂ ਦੇ ਵਿਚ ਸਾਹਮਣੇ ਆਏ ਆ ਔਰ ਉਹਨਾਂ ਤੇ ਪ੍ਰੋਪਰ ਕਾਰਵਾਈ ਕਰਵਾਈ ਜਾਵੇ ਔਰ ਜਿਹੜੇ ਉਹਨਾਂ ਨੇ ਬੈਨੀਫਿਟਸ ਲਏ ਆ ਜਿੱਦਾਂ ਕੋਈ ਸਾਲ ਨਹੀਂ ਨੇ ਉਹ ਵੀ ਵਾਪਸ ਉਹਦੀ ਰਿਕਵਰੀ ਹੋਣੀ ਚਾਹੀਦੀ। ਤੁਹਾਨੂੰ ਕੋਈ ਬੈਨੀਫਿਟ ਵਾਪਸ ਰਿਕਵਰ ਕਰ ਸਕਦੇ ਮੰਤਰੀ ਜੀ? ਮਾਨਯੋਗ ਸਪੀਕਰ ਸਾਹਿਬ, ਮੇਰੇ ਕੋਲ ਇਸ ਤਰ੍ਹਾਂ ਦਾ ਕੋਈ ਮਸਲਾ ਨਹੀਂ ਆਇਆ ਪਰ ਜਿੰਨੇ ਨੌਕਰੀ ਵਾਲੇ ਕੇਸ ਸੀ, ਐਡਮਿਸ਼ਨ ਵੀ ਕੈਂਸਲ ਹੋਈਆਂ, ਅਪੁਆਇੰਟਮੈਂਟ ਵੀ ਕੈਂਸਲ ਹੋਈਆਂ। ਅਗਰ ਕੋਈ ਇਸ ਤਰ੍ਹਾਂ ਦਾ ਕੇਸ ਸਾਹਮਣੇ ਆਉਂਦਾ ਤਾਂ ਉਸ ਤੇ ਵੀ ਐਕਸ਼ਨ ਲਿਆ ਜਾਵੇਗਾ। ਥੈਂਕ ਯੂ ਥੈਂਕ ਯੂ। ਮਾਨਯੋਗ ਮੁੱਖ ਮੰਤਰੀ ਸਾਹਿਬ, ਮੁੱਖ ਮੰਤਰੀ ਮੈਂ ਇਹਦੇ ਵਿੱਚ ਥੋੜਾ ਜਿਹਾ ਐਡ ਕਰ ਦੇਣਾ ਚਾਹੁੰਦਾ ਜੀ। ਨਾਟ ਓਨਲੀ SC ਸਰਟੀਫਿਕੇਟ, ਕਈਆਂ ਨੇ ਵੈਸੇ ਹੀ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀ ਲਈਆਂ ਹੋਈਆਂ। ਸਰਕਾਰਾਂ ਦੇ ਵਫ਼ਾਦਾਰ ਕਾਫੀ ਨੇ ਜਿਨ੍ਹਾਂ ਦੇ ਜਾਲੀ ਸਰਟੀਫਿਕੇਟ ਬਣਾ ਕੇ ਕੋਈ ਪੁਲਿਸ ਚ ਨੌਕਰੀ ਲੈ ਗਿਆ, ਕੋਈ ਟੀਚਰ ਲੱਗ ਗਿਆ। ਸੋ ਅਸੀਂ ਉਹਦੇ ਤੇ ਵੀ ਕਰ ਰਹੇ ਹਾਂ ਕਾਰਵਾਈ ਕਿ ਕਦੋਂ ਤੋਂ ਲੱਗਿਆ ਉਦੋਂ ਤੱਕ ਦੀ ਉਹਦੀ ਤਨਖਾਹ ਜੇ ਕਿੰਨੀ ਲਈ, ਉਹ ਤਨਖਾਹ ਵਿਆਹ ਸਮੇਤ ਵਾਪਸ CM ਰਿਲੀਫ ਫੰਡ ਚ ਆਵੇ, ਖਜ਼ਾਨੇ ਚ ਆਵੇ। ਤੇ ਜਿੰਨਾ ਜਿਨ੍ਹਾਂ ਨੇ ਵੀ ਕਿਸੇ ਦਾ ਹੱਕ ਤਾਂ ਮਾਰਿਆ ਹੀ ਹੋਊਗਾ ਨਾ, ਜੇ ਕੋਈ ਜਾਲੀ ਸਰਟੀਫਿਕੇਟ ਬਣਾ ਕੇ ਕੋਈ ਨੌਕਰੀ ਲਈ ਤਾਂ ਕਿਸੇ ਨੇ ਕਿਸੇ ਦਾ ਹੱਕ ਤਾਂ ਮਾਰਿਆ ਹੀ ਗਿਆ ਹੋਊਗਾ, ਭਾਵੇਂ ਉਹ SC ਸਰਟੀਫਿਕੇਟ ਹੈ, ਭਾਵੇਂ OBC ਹੈ, ਭਾਵੇਂ ਕੋਈ ਹੋਰ ਜਾਤੀ ਪ੍ਰਮਾਣ ਪੱਤਰ ਹੈ, ਭਾਵੇਂ ਜਨਰਲ ਦੇ ਵਿੱਚ ਵੀ ਜਾਲੀ ਬਣਵਾ ਲਿਆ ਕਿ ਮੈਨੂੰ ਮੈਂ BA ਕਰ ਲਈ ਜਾਂ MA ਕਰ ਲਈ, ਕੀਤੀ ਹੈ ਨਹੀਂ ਸੀ। ਸੋ ਜਿੰਨੇ ਵੀ ਇਹ ਕਿਸਮ ਦੇ, ਕਿਉਂਕਿ ਇਦੋਂ ਪਹਿਲਾਂ ਵਾਲੀਆਂ ਜਿਹੜੀਆਂ ਸਰਕਾਰਾਂ ਉਹ ਸਪੋਰਟ ਕਰਦੀਆਂ ਰਹੀਆਂ ਉਹਨਾਂ ਨੂੰ, ਉਹਨਾਂ ਦੇ ਜ਼ਿਆਦਾ ਚਹੇਤੇ ਉੱਥੇ ਨੇ। ਸੋ ਅਸੀਂ ਸਾਰੇ ਜਾਲੀ ਸਰਟੀਫਿਕੇਟ ਜਿਹੜੇ ਉਹਦੀ ਜਾਂਚ ਕਰ ਰਹੇ ਹਾਂ ਔਰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇਹ ਪਤਾ ਲੱਗਣ ਲੱਗ ਜਾਊਗਾ ਕਿ ਕਿਹੜੇ ਕਿੰਨੇ ਬੰਦੇ ਗਲਤ ਨੌਕਰੀ ਲੈ ਕੇ ਬੈਠੇ ਸੀ ਤੇ ਉਹਨਾਂ ਤੇ ਐਕਸ਼ਨ ਵੀ ਹੋਊਗਾ, FIR ਵੀ ਹੋਊਗੀ, ਨਾਲ ਨਾਲ ਜਿੰਨੀ ਤਨਖਾਹ ਉਹਨਾਂ ਨੇ ਲਈ ਹੈ ਜਾਲੀ ਸਰਟੀਫਿਕੇਟ ਦਿਖਾ ਕੇ ਉਹ ਵਿਆਹ ਸਮੇਤ ਵਾਪਸ ਖਜ਼ਾਨੇ 'ਚ ਪਿਓ ਜੀ। ਥੈਂਕ ਯੂ ਥੈਂਕ ਯੂ ਸੁਖੀ ਜੀ। ਵੈਸੇ ਤਾਂ ਹੋ ਗਿਆ ਆਪਾਂ ਡਿਸਕਸ਼ਨ।